ਚੰਡੀਗੜ੍ਹ ਵਾਲੀ ਸੁਖਨਾ ਲੇਕ ਦੇ ਦਰਵਾਜ਼ੇ ਬੀਤੇ ਕਈ ਦਹਾਕਿਆਂ ਤੋਂ ਬਾਅਦ ਖੋਲ੍ਹੇ ਗਏ, ਜਿਸ ਤੋਂ ਬਾਅਦ ਪੂਰੇ ਖੇਤਰ 'ਚ ਚਿੰਤਾ ਦਾ ਮਾਹੌਲ ਵੀ ਬਣ ਗਿਆ ਸੀ। ਪਰ ਗੇਟ ਖੋਲ੍ਹਣ ਤੋਂ ਪਹਿਲਾਂ ਚੰਡੀਗੜ੍ਹ ਵਰਗੇ ਸ਼ਹਿਰ 'ਚ ਵੀ ਟੋਟਕੇ ਕੀਤੇ ਜਾਂਦੇ ਨੇ। ਇਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ। ਜ਼ਰਾ ਧਿਆਨ ਨਾਲ ਦੇਖੋ ਇਹ ਵੀਡੀਓ। ਇਹ ਵੀਡੀਓ ਗੇਟ ਖੋਲ੍ਹੇ ਜਾਣ ਤੋਂ ਐਨ ਪਹਿਲਾਂ ਦੀ ਹੈ, ਜਿੱਥੇ ਤਿੰਨ ਵਿਅਕਤੀ ਲੱਡੂ ਭੋਰ ਭੋਰ ਕੇ ਪਾਣੀ 'ਚ ਪਾ ਰਹੇ ਨੇ, ਜਿਸ ਤੋਂ ਬਾਅਦ ਇਹ ਲੱਡੂ ਗੇਟ ਖੋਲ੍ਹਣ ਤੋਂ ਪਹਿਲਾਂ ਬੰਨ 'ਤੇ ਮੌਜੂਦ ਲੋਕਾਂ 'ਚ ਵੰਡੇ ਜਾਂਦੇ ਨੇ, ਜਿਸ ਤੋਂ ਬਾਅਦ ਸਿਰ 'ਤੇ ਕੱਪੜਾ ਬੰਨ੍ਹੀ ਇੱਕ ਹੋਰ ਵਿਅਕਤੀ ਆਉਂਦਾ ਹੈ ਅਤੇ ਲੱਡੂ ਭੋਰ ਕੇ ਪਾਣੀ 'ਚ ਪਾ ਦਿੰਦਾ ਹੈ। ਇਸ ਤੋਂ ਬਾਅਦ ਹੀ ਸਾਰੇ ਗੇਟ ਖੋਲ੍ਹਣ ਵਾਲੇ ਇਸ ਬੰਦੇ ਦੀ ਇਸ਼ਾਰੇ ਦੀ ਉਡੀਕ ਕਰਨ ਲੱਗ ਪੈਂਦੇ ਨੇ। ਇਹ ਵਿਅਕਤੀ ਉੱਪਰ ਵੱਲ ਨੂੰ ਇਸ਼ਾਰਾ ਕਰਦਾ ਹੈ ਅਤੇ ਉਂਗਲਾਂ ਨਾਲ ਤਿੰਨ ਦਾ ਨਿਸ਼ਾਨ ਬਣਾਉਂਦਾ ਹੈ ਅਤੇ ਫਿਰ ਪੂਰੀ ਅੰਧ ਵਿਸ਼ਵਾਸ ਦੀ ਇਹ ਪ੍ਰਕਿਰਿਆ ਤੋਂ ਬਾਅਦ ਗੇਟ ਖੋਲ੍ਹ ਦਿੱਤੇ ਜਾਂਦੇ ਨੇ। ਇੱਥੇ ਵੱਡਾ ਸਵਾਲ ਇਹ ਹੈ ਕਿ ਇਸ ਵਿਅਕਤੀ ਨੂੰ ਉਸ ਬੰਨ 'ਤੇ ਆਉਣ ਦੀ ਆਗਿਆ ਕਿਸ ਨੇ ਦਿੱਤੀ, ਜਿੱਥੇ ਮੀਡੀਆ ਦੇ ਕੈਮਰਿਆਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਅਜਿਹੀ ਕਿਹੜੀ ਮਜਬੂਰੀ ਸੀ ਕਿ ਅੱਜ ਦੇ ਦੌਰ 'ਚ ਵੀ ਪ੍ਰਸ਼ਾਸਨ ਨੂੰ ਟੋਟਕਿਆਂ ਦਾ ਸਹਾਰਾ ਲੈਣਾ ਪਿਆ। ਪੰਡਿਤ ਕੇ ਸ਼ਾਸਤਰੀ, ਕਾਲੀ ਉਪਾਸਕ, ਪਟਿਆਲਾ ਵਾਲੇ, ਮੋਬਾਈਲ ਨੰਬਰ 9876834191। 35 ਸਾਲਾਂ ਦਾ ਮਹਾਨ ਤਜਰਬਾ, ਘਰ ਬੈਠੇ ਤੁਰੰਤ ਸਮੱਸਿਆ ਦਾ ਸਮਾਧਾਨ। ਵਸ਼ੀਕਰਨ, ਨੂਰੀ ਹਜ਼ੂਰੀ ਇਲਮਾਂ ਦੇ ਮਾਹਿਰ, ਲਵ ਮੈਰਿਜ, ਨੌਕਰੀ, ਕਾਰੋਬਾਰ, ਪਿਆਰ ਵਿੱਚ ਧੋਖਾ, ਮਾਤਾ ਪਿਤਾ ਨੂੰ ਮਨਾਉਣਾ, ਆਪਸੀ ਝਗੜਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣੇ ਤੋਂ ਬਾਹਰ ਹੋਣਾ, ਦੁਸ਼ਮਣ ਸੌਤਨ ਤੋਂ ਛੁਟਕਾਰਾ, ਫਿਲਮੀ ਤੇ ਮਾਡਲਿੰਗ ਕੈਰੀਅਰ। ਸਮੱਸਿਆ ਕੋਈ ਵੀ ਹੋਵੇ, ਘਰ ਬੈਠੇ ਹੀ ਹੱਲ ਕਰਵਾਓ। ਬੰਗਾਲੀ ਇਲਮਾਂ ਦੇ ਮਾਹਿਰ, ਪੰਡਿਤ ਕੇ ਸ਼ਾਸਤਰੀ, ਕਾਲੀ ਉਪਾਸਕ, ਪਟਿਆਲਾ ਵਾਲੇ, ਮੋਬਾਈਲ ਨੰਬਰ 9876834191।